ਹਾਂ ਜੀ, ਜਿਵੇਂ ਨਸ਼ੇ ਨੂੰ ਰੋਕਣ ਲਈ ਪੁਲਿਸ ਵੱਖ ਵੱਖ ਪਹਿਲੂ ਦੇ ਉੱਤੇ ਕੰਮ ਕਰ ਰਹੀ ਹੈਗੀ ਆ। ਉਹਦਾ ਇੱਕ ਪਹਿਲੂ ਹੈ, ਉਹ ਬਹੁਤ ਇੰਪੋਰਟੈਂਟ ਹੈ, ਉਹ ਇਹ ਹੈਗਾ ਕਿ ਜੋ ਨਸ਼ੇ ਵੇਚ ਕੇ ਉਹ ਤੋਂ ਜੋ ਪੈਸੇ ਆਉਂਦੇ ਨੇ, ਉਹ ਪੈਸੇ ਤੋਂ ਅਗਰ ਕੋਈ ਤਸਕਰ ਆਪਣਾ ਕੋਈ ਵੀ ਪ੍ਰੋਪਰਟੀ ਬਣਿਆ ਹੋਇਆ ਹੁੰਦਾ, ਭਾਵੇਂ ਉਹ ਉਹਨਾਂ ਨੇ ਗੱਡੀ ਖਰੀਦੀ ਹੁੰਦੀ ਹੈ, ਭਾਵੇਂ ਉਹਨਾਂ ਨੇ ਪਲੋਟ ਖਰੀਦੀ ਹੁੰਦੀ ਹੈ ਜਾਂ ਘਰ ਬਣਾਇਆ ਹੋਇਆ ਹੁੰਦਾ ਆ, ਉਹ ਸਾਰੇ ਜੋ ਹੈਗੇ ਪੁਲਿਸ ਜ਼ਬਤ ਕਰ ਸਕਦੀ ਹੈ, ਉਹ ਗਵਰਨਮੈਂਟ ਪ੍ਰੋਪਰਟੀ ਬਣ ਸਕਦੀ ਹੈਗੀ ਆ। ਉਹਦਾ ਪਹਿਲਾ ਸਟੈਪ ਜੋ ਹੁੰਦਾ ਆ, ਇਹ ਜੋ ਜੋ ਵੀ ਪ੍ਰੋਪਰਟੀ ਇਹਨਾਂ ਨੇ ਬਣਾਈ ਹੋਈ ਹੈ ਜੋ ਨਸ਼ਾ ਵੇਚ ਕੇ, ਉਹਦਾ ਅਸੀਂ ਕੰਪੀਟੈਂਟ ਅਥੋਰਿਟੀ ਦਿੱਲੀ ਵੱਲੋਂ ਫਰੀਜ਼ ਕਰਾਇਆ ਜਾਂਦਾ, ਔਰ ਉਹ ਜੋ ਆਰਡਰਸ ਹੁੰਦੇ ਆ ਉਹ ਕੰਸਰਨ ਜੋ ਤਸਕਰ ਹੁੰਦੇ ਉਹਨਾਂ ਦੇ ਜੋ ਪ੍ਰੋਪਰਟੀ ਜ਼ਬਤ ਹੁੰਦੀ ਹੈ ਉਹਦੇ ਦੁਕਾਨ ਜਾਂ ਉਹਦੇ ਘਰ ਉਹਦੇ ਜੋ ਪਲੋਟ ਹੁੰਦੀ ਹੈ ਉੱਥੇ ਉਹਨਾਂ ਨੂੰ ਪੇਸ਼ ਕੀਤੀ ਜਾਂਦੀ ਹੈ। ਇਹਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਵੀ ਇਹ ਜੋ ਪ੍ਰੋਪਰਟੀ ਫਰੀਜ਼ ਹੋਈ ਹੁੰਦੀ ਹੈ ਉਹਨਾਂ ਨੂੰ ਇਹ ਅੱਗੇ ਕਿਸੇ ਨੂੰ ਵੇਚ ਨਹੀਂ ਸਕਦਾ, ਨਾ ਹੀ ਇਹਨਾਂ ਨੂੰ ਕਿਸੇ ਨੂੰ ਲੀਜ਼ ਕਰ ਸਕਦੇ, ਨਾ ਹੀ ਇਹ ਬੈਂਕ 'ਤੇ ਰੱਖ ਕੇ ਉਹਦੇ ਉੱਤੇ ਲੋਨ ਲੈ ਸਕਦੇ। ਤੋ ਉਹ ਬੇਸਿਕ ਇਹ ਹੋ ਜਾਂਦਾ ਹੈਗਾ ਕਿ ਜਦੋਂ ਇਹ ਕੋਈ ਪ੍ਰੋਪਰਟੀ ਫਰੀਜ਼ ਹੋ ਜਾਂਦੀ ਹੈ ਉਹਦਾ ਮਤਲਬ ਹੁੰਦੀ ਹੈ ਕਿ ਉਹ ਹੋਲਡ 'ਤੇ ਰੱਖਿਆ ਜਾਂਦਾ ਹੈਗਾ, ਉਸ ਪ੍ਰੋਪਰਟੀ ਤੋਂ ਇਹ ਕੋਈ ਵੀ ਇਨਕਮ ਨਹੀਂ ਕਮਾ ਸਕਦੇ ਨੇ, ਔਰ ਨਾ ਹੀ ਇਹ ਕਿਸੇ ਨੂੰ ਅੱਗੇ ਵੇਚ ਸਕਦਾ, ਔਰ ਨਾ ਹੀ ਇਹ ਪ੍ਰੋਪਰਟੀ ਦਾ ਵੈਲਿਊ ਕੰਮ ਕਰਨੇ ਕੇ ਲੀਏ ਉਹਦੇ ਉੱਤੇ ਕੋਈ ਗਲਤ ਕੰਮ ਨਹੀਂ ਕਰਾ ਸਕਦੇ ਹੈਗੇ। ਹੁਣ ਤੱਕ ਪੁਲਿਸ ਜ਼ਿਲ੍ਹਾ ਬਟਾਲਾ ਦੇ ਸਾਡੇ 6 ਕੇਸਿਸ ਜੋ ਹੈਗੇ ਉਹਦੇ ਵਿੱਚ ਪ੍ਰੋਪਰਟੀ ਦੀ ਫਰੀਜ਼ਿੰਗ ਆਰਡਰ ਆ ਚੁੱਕੇ ਨੇ। ਉਹਦਾ ਕੁੱਲ ਵੈਲਿਊ ਹੈਗਾ 1 ਕਰੋੜ 61 ਲੱਖ। ਉਹਦੇ ਵਿੱਚ ਮੈਂ ਕੁਝ ਐਗਜ਼ਾਮਪਲਸ ਮੈਂ ਤੁਹਾਨੂੰ ਦੇ ਦਿੰਦਾ ਜੀ। ਇੱਕ ਹੈਗੇ ਕਸ਼ਮੀਰ ਸਿੰਘ ਅਲੀਆ ਸ਼ੇਰਾ, ਉਹਦੀ 2017 ਦੀ ਇੱਕ ਕਮਰਸ਼ੀਅਲ ਕੇਸ ਦੇ ਵਿੱਚ NDPS ਦੇ ਵਿੱਚ ਉਹਨਾਂ ਦੀ ਅਰੈਸਟ ਹੋਈ ਸੀਗੀ। ਉਹਦਾ 38 ਲੱਖ ਦਾ ਜੋ ਰੈਸੀਡੈਂਸ਼ੀਅਲ ਕਾਰ ਸੀ, ਜੋ ਕਣੀਏ ਕੇ ਬਾਂਗੜ ਪੁਲਿਸ ਸਟੇਸ਼ਨ ਦੀ ਲਿਮਿਟ ਦੇ ਵਿੱਚ ਆਉਂਦਾ, ਉਹ ਕਾਰ ਨੂੰ ਅਸੀਂ ਫਰੀਜ਼ ਕੀਤੀ ਹੈਗੀ ਆ। ਉਹਦੇ ਐਸੇ ਹੀ ਇੱਕ ਸੁਖਵਿੰਦਰ ਸਿੰਘ ਅਲੀਆ ਸ਼ਿੰਦਾ, ਇਹ ਹੈਗਾ ਸਿਵਲ ਲਾਈਨ ਬਟਾਲਾ ਦੇ ਰਹਿਣ ਵਾਲੇ, ਇਹਨਾਂ ਦੇ ਉੱਤੇ ਪਰਚਾ ਹੋਇਆ ਸੀਗਾ 2022 ਦੇ ਵਿੱਚ। ਇਹਨਾਂ ਤੋਂ ਓਪੀਅਮ ਰਿਕਵਰੀ ਹੋਇਆ ਸੀਗਾ, ਕਮਰਸ਼ੀਅਲ ਕੁਆਂਟਿਟੀ 'ਤੇ ਓਪੀਅਮ ਰਿਕਵਰੀ ਹੋਇਆ ਸੀ। ਉਹਦੇ ਵਿੱਚ ਇਹਨਾਂ ਦੀ 31 ਲੱਖ ਦੀ ਪ੍ਰੋਪਰਟੀ ਜੋ ਹੈ ਉਹ ਜ਼ਬਤ ਕੀਤੀ ਗਈ ਹੈ। ਉਹਦਾ ਇੱਕ ਪਲੋਟ ਔਰ ਇੱਕ ਟੋਯੋਟਾ ਇਨੋਵਾ, ਜੋ ਇਹ ਚੀਜ਼ ਹੈ ਉਹਨਾਂ ਤੋਂ ਸੀਜ਼ ਕੀਤੀ ਗਈ ਹੈਗੀ ਪ੍ਰੋਪਰਟੀ। ਉਹਦੇ ਨਾਲ ਨਾਲ ਹੀ ਇੱਕ ਰਵੀ ਕੁਮਾਰ ਸਨ ਆਫ ਕਸਤੂਰੀ ਲਾਲ, ਇਹ ਕਾਦੀਆਂ ਦੇ ਰਹਿਣ ਵਾਲੇ ਹੈਗੇ, ਇਹਨਾਂ ਦੇ ਉੱਤੇ 2019 ਦੇ ਵਿੱਚ ਇੱਕ ਕਮਰਸ਼ੀਅਲ ਦੀ FIR ਦਰਜ ਹੋਈ ਸੀਗੀ। ਉਹਦਾ 17,40,000 ਰੁਪਏ, ਉਹਨਾਂ ਦੀ ਇੱਕ ਰੈਸੀਡੈਂਸ਼ੀਅਲ ਪਲੋਟ ਹੈਗਾ, ਉਹਦਾ ਜੋ ਹੈਗੀ ਜ਼ਬਤ ਕੀਤੀ ਗਈ ਹੈ। ਇਸੀ ਤਰ੍ਹਾਂ ਕਿਸੇ ਦਾ 11 ਲੱਖ ਦੀ ਹੈ, ਕਿਸੇ ਦਾ 5 ਲੱਖ ਦੀ ਹੈ, ਕਿਸੇ ਦਾ 10 ਲੱਖ ਦੀ ਹੈ। ਜੋ ਜੋ ਵੀ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਤਸਕਰ ਜੋ ਫੜੇ ਗਏ ਹੈਗੇ ਆ ਉਹਨਾਂ ਦੀ ਜੋ ਪ੍ਰੋਪਰਟੀ ਅਸੀਂ ਜ਼ਬਤ ਕੀਤੀ ਹੈਗੀ।